ਭਾਜਦਾ ਮੈਂ ਬਿਲਕੁਲ ਠੀਕ ਹੈਗਾ ਓਏ ਤੂੰ ਹੋਏ ਸਹੀ ਹੋਏ ਹੈਗਾ ਪੰਜਾਬੀ ਸੁਣੋ ਜ਼ਿੰਦਾਬਾਦ ਮੇਰੀ ਗੱਲ ਕਿਆ ਬਾਤ ਮੇਰਾ ਮੈਂ ਮੇਰੀ ਫੈਮਿਲੀ ਵੀ ਪਾਕਿਸਤਾਨ ਤੋਂ ਮਾਈਗ੍ਰੈਂਟ ਹੋਈ ਹੈ ਮੈਨੂੰ ਪਤਾ ਤੁਹਾਡਾ ਤਬ ਦਾ ਪਤਾ ਹਾਲਾਂਕਿ ਮੈਂ ਨਹੀਂ ਸੀ ਅੱਛਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਸੀ ਵੀਰ ਮੇਰੇ ਵੀ ਤੁਸੀਂ ਕਿਉਂ ਕਨਵਰਟ ਕਰਨਾ ਚਾਹੁੰਦੇ ਹੋ ਜਦਕਿ ਇਸਲਾਮ ਦਾ ਮੇਨ ਕੰਮ ਹੈਗਾ ਦਾਵਤ ਦੇਣਾ ਨਹੀਂ ਅਸੀਂ ਨਹੀਂ ਕਨਵਰਟ ਕਰ ਰਹੇ ਸੁਣ ਲਵੋ ਟਾਪਿਕ ਕੀ ਹੈ ਸੁਣ ਲਵੋ ਨਹੀਂ ਆਨੰਦ ਭਾਈ ਮੈਂ ਆਨੰਦ ਭਾਈ ਸੁਣ ਲਵੋ ਨਾ ਟਾਪਿਕ ਸੁਣ ਲਵੋ ਨਾ ਟਾਪਿਕ ਸੁਣ ਲਵੋ ਨਾ ਤਾਂ ਕਿ ਪਤਾ ਤੇ ਚੱਲੇ ਨਾ ਆਨੰਦ ਭਾਈ ਗੱਲ ਕੀ ਪਏ ਕਰਨਾ ਹੈ ਪਤਾ ਤੇ ਚੱਲੇ ਦੇਖੋ ਇਸ ਟਾਈਮ ਮੈਂ ਕਨਵਰਟ ਨਹੀਂ ਕਰ ਰਿਹਾ ਟਾਪਿਕ ਇਸ ਟਾਈਮ ਮੈਂ ਵੇਖ ਕੇ ਮੈਨੂੰ ਰਿਵਰਟ ਮੈਨੂੰ ਕਨਵਰਟ ਕਰ ਲਓ ਮੈਨੂੰ ਲੈ ਜਾਓ ਇਸਲਾਮ ਛਡਾ ਲਓ ਨਹੀਂ ਮੈਂ ਵੀਰ ਮੇਰੇ ਉਹੀ ਗੱਲ ਕਰ ਰਿਹਾ ਤੁਸੀਂ ਕਿਉਂ ਕਨਵਰਟ ਹੋਣਾ ਚਾਹੁੰਦੇ ਹੋ ਨਹੀਂ ਹੋਣਾ ਕਨਵਰਟ ਨਾ ਤੁਸੀਂ ਬਈ ਤਫੰਟੂ ਪੈਸਾ ਬਈ ਪੈਸਾ ਮਾਲ ਨਹੀਂ ਉਹ ਮਹਾਰਾਜ ਮਹਾਰਾਜ ਜੇ ਤੁਹਾਡੇ ਕੋਲ ਇੰਨਾ ਗਿਆਨ ਹੈਗਾ ਅੱਲਾ ਤਾਲਾ ਦਾ ਰੱਬ ਦਾ ਫਿਰ ਕੀ ਲੈਣਾ ਪੈਸਾ ਪੂਸਾ ਸਭ ਨਾਲ ਜਿਹੜੇ ਬੰਦੇ ਕਮਾ ਰਹੇ ਨੇ ਇੱਥੇ ਛੱਡ ਜਾਣਾ ਉਹਨੇ ਵਨ ਟੂ ਥ੍ਰੀ ਰੱਬ ਤੁਹਾਡੀ ਤੁਹਾਨੂੰ ਲੰਬੀ ਉਮਰ ਦੇਵੇ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਚਾਰ ਗੱਲਾਂ ਕਰਨੇ ਸੋਹਣੀ ਸੁੱਚੀ ਗੱਲ ਕੀਤੀ ਆਨੰਦ ਭਾਈ ਸੋਹਣੀ ਤੇ ਸੁੱਚੀ ਸੁਚਲ ਗੱਲ ਕੀਤੀ ਹੈ ਮਗਰ ਮਸਲਾ ਇਹ ਵੇ ਕਿ ਇਹ ਜਿਹੜੇ ਇੰਡੀਆ ਦੇ ਵਿੱਚ ਬਹਿ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਤੇ ਫੈਲਾਉਂਦੇ ਨੇ ਯੂਟਿਊਬ ਤੇ ਬਹਿ ਕੇ ਇਹਨਾਂ ਕੰਜਰਾਂ ਦਾ ਕੀ ਕਰਨਾ ਹੈ ਇਹਨਾਂ ਕੰਜਰਾਂ ਦਾ ਕੀ ਕਰੀਏ ਦੱਸੋ ਇਹਨਾਂ ਦਾ ਵਕਤ ਹੀ ਇਲਾਜ ਕਰਦੇ ਆ ਜੀ ਆਪਣੇ ਆਪ ਹੀ ਮਗਰ ਦੇਖੋ ਨਾ ਦੇਖੋ ਅੱਲਾ ਹੀ ਕਰ ਦੇਗਾ ਜੀ ਵੇਖੋ ਇਹ ਐਸੇ ਗੰਦੀ ਨਾਲੀ ਦੇ ਕੀੜੇ ਨਾਲ ਰਹਿਣੇ ਨੇ ਚੌਦੀ ਪੀੜੀ ਰਹਾਉਣੇ ਠੀਕ ਹੈ ਤੁਸੀਂ ਪੰਜਾਬੀ ਜਾਣਦੇ ਹੋ ਤਾਂ ਮੈਂ ਠੇਠ ਪੰਜਾਬੀ ਚ ਤੁਹਾਨੂੰ ਸਮਝਾ ਰਿਹਾ ਇਹ ਚੌਦੀ ਪੀੜੀ ਰਹਾਉਣੇ ਤੇ ਨਾਲ ਰਹਿਣੇ ਮਰ ਜਾਣੇ ਇਹ ਜਿੰਨੇ ਨੇ ਜਨਾਬ ਇਹ ਕੀ ਕਰਦੇ ਨੇ ਇਹ ਜਨਾਬ ਚੈਨਲ ਤੇ ਬਹਿ ਕੇ ਝੂਠੋ ਝੂਠ ਚੁਤਾਲੀ ਇੱਕ ਕੇਸਟ ਚਲਾ ਲੈਂਦੇ ਨੇ ਤੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਬ੍ਰੇਨ ਵਾਸ਼ ਕਰਦੇ ਨੇ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਦੇਖੋ ਜਿਸਮ ਦੇ ਵਿੱਚ ਆਨੰਦ ਭਾਈ ਕੈਂਸਰ ਫੈਲਦਾ ਕੋਈ ਬੰਦਾ ਨਹੀਂ ਕਹਿੰਦਾ ਛੱਡ ਦਿਓ ਜੀ ਛੱਡ ਦਿਓ ਆਪ ਵਕਤ ਇਲਾਜ ਕਰ ਲੈ ਠੀਕ ਹੈ ਨਾ ਉਹਨੂੰ ਕੱਢ ਕੇ ਬਾਹਰ ਸੱਟੀ ਦਾ ਇਹ ਹਿੰਦੁਸਤਾਨ ਵਾਸਤੇ ਕੈਂਸਰ ਦੀ ਸ਼ਕਲ ਇਖਤਿਆਰ ਕਰ ਗਏ ਨੇ ਇਹ ਮੇਨ ਸਟ੍ਰੀਮ ਮੀਡੀਆ ਤੇ ਜਾ ਰਹੇ ਨੇ ਨੈਸ਼ਨਲ ਟੀਵੀ ਤੇ ਜਾਂਦੇ ਨੇ ਬਕਵਾਸਾਂ ਕਰਦੇ ਨੇ ਆਨੰਦ ਭਾਈ ਮਸਲਾ ਇੱਥੇ ਤੱਕ ਨਹੀਂ ਨਾ ਹੈ ਨਹੀਂ ਮੈਂ ਨਹੀਂ ਦੇਖਿਆ ਕਦੀ ਕਿਉਂਕਿ ਮੈਂ ਬਿਜ਼ੀ ਆਦਮੀ ਹਾਂ ਮੈਂ ਅੱਜ ਕੁਦਰਤ ਤੁਹਾਡਾ ਲਾ ਰਿਹਾ ਸੀ ਤਾਂ ਮੈਂ ਦੇਖ ਲਿਆ ਸਰ ਇਸ ਤਰ੍ਹਾਂ ਤੁਸੀਂ ਇੰਨਾ ਰੱਬ ਦੇ ਨਜ਼ਦੀਕ ਉਹ ਗੱਲਾਂ ਕਰਦੇ ਹੋ ਆਪੇ ਰੱਬ ਕਰ ਦੇਗਾ ਅੱਲਾ ਤਾਲਾ ਰੱਬ ਭਗਵਾਨ ਆਪੇ ਕਰ ਦੇਗਾ ਠੀਕ ਹੈ ਤੁਸੀਂ ਚਿੰਤਾ ਨਾ ਕਰੋ ਹੋਰ ਦੱਸੋ ਆਨੰਦ ਭਾਈ ਰੱਬ ਜਿਹੜਾ ਨਾ ਰੱਬ ਉਹਨੇ ਇਨਸਾਨ ਨੂੰ ਜਿਹੜਾ ਇਖਤਿਆਰ ਦਿੱਤਾ ਹੈ ਵਰਤਾਵਨ ਦਾ ਜਿਹੜਾ ਇਖਤਿਆਰ ਦਿੰਦਾ ਹੈ ਕਿ ਦੁਨੀਆ ਦੇ ਵਿੱਚ ਉਹਦਾ ਵੀ ਤੇ ਕੋਈ ਹੈ ਨਾ ਮੈਂ ਹੁਣ ਬਹਿ ਜਾਵਾਂ ਰੋਜ਼ੀ ਰੋਟੀ ਨਾ ਕਮਾਉਣਾ ਤੁਹਾਡੀ ਨਾ ਗੱਲ ਤੁਹਾਡੀ ਗੱਲ ਸੁਣਦਾ ਜੀ ਫ੍ਰੀ ਵਿਲ ਵਾਲੀ ਮੈਂ ਦੇਖੀ ਹੈ ਮੈਂ ਤੁਹਾਡੀ ਥੋੜੀ ਗੱਲਾਂ ਉੱਪਰ ਫ੍ਰੀ ਵਿਲ ਵਾਲੀ ਗੱਲ ਜਿਹੜੀ ਮੈਂ ਦੇਖੀ ਹੈਗੀ ਹੈ ਉਹ ਠੀਕ ਗੱਲ ਤੁਹਾਡੀ ਬਿਲਕੁਲ ਪਰ ਕੋਈ ਨਹੀਂ ਸੋਲੂਸ਼ਨ ਕੁਦਰਤ ਆਪਣੇ ਕਰ ਦਿੰਦੀ ਜੀ ਚਿੰਤਾ ਤੁਹਾਡੀ ਗੱਲ ਉਹ ਤੁਹਾਡੀ ਗੱਲ ਠੀਕ ਹੈ ਕੁਦਰਤ ਵੀ ਆਪਣਾ ਕੰਮ ਕਰਦੀ ਹੈ ਮਗਰ ਕੁਦਰਤ ਦੇ ਵਿੱਚ ਹੀ ਇਹ ਮਨੁੱਖ ਵੀ ਹੈ ਨਾ ਇਨਸਾਨ ਜਿਹੜਾ ਵੇ ਇਹ ਵੀ ਤੇ ਇਸ ਕੁਦਰਤ ਦਾ ਹਿੱਸਾ ਹੈ ਨਾ ਦੇਖੋ ਮੇਰੀ ਗੱਲ ਸੁਣੋ ਮਿਸਾਲ ਦੇ ਤੌਰ ਤੇ ਗਰੀਬ ਘਰ ਹੈ ਆਨੰਦ ਭਾਈ ਇੱਕ ਗਰੀਬ ਘਰ ਹੈ ਮਾੜੇ ਲੋਕ ਨੇ ਘਰ ਖਾਣ ਨੂੰ ਦਾਣੇ ਕੋਈ ਨਹੀਂ ਆਟਾ ਕੋਈ ਨਹੀਂ ਘਿਓ ਕੋਈ ਨਹੀਂ ਠੀਕ ਹੈ ਲੰਗਰ ਕੋਈ ਨਹੀਂ ਤੇ ਤੁਸੀਂ ਜਾ ਕੇ ਉਹਨਾਂ ਦੀ ਮਦਦ ਕਰਦੇ ਹੋ ਉਹਨਾਂ ਦੇ ਘਰ ਕੋ ਚਾਰ ਆਨੇ ਪਾਉਂਦੇ ਹੋ ਜਾਂ ਉਹਨਾਂ ਦੀ ਮਦਦ ਕਰ ਆਉਂਦੇ ਹੋ ਤੇ ਦੈਟ ਮੀਨਸ ਕਿ ਅੱਲਾ ਨੇ ਜਾਂ ਈਸ਼ਵਰ ਨੇ ਤੁਹਾਨੂੰ ਸਬਬ ਬਣਾਇਆ ਤੁਹਾਨੂੰ ਵਸੀਲਾ ਬਣਾਇਆ ਤੁਹਾਡੇ ਥਰੂ ਉਹਨਾਂ ਦੇ ਘਰ ਮਦਦ ਕਰਵਾਈ ਹੈ ਇਸ ਤਰ੍ਹਾਂ ਕੁਦਰਤ ਬਿਲਕੁਲ ਸਾਨੂੰ ਵਸੀਲਾ ਬਣਨਾ ਚਾਹੀਦਾ ਲੋਕਾਂ ਦੀ ਭਲਾਈ ਵਾਸਤੇ ਮੁਆਸ਼ਰੇ ਦੀ ਸਲਾਹ ਵਾਸਤੇ ਠੀਕ ਹੈ ਨਾ ਗੱਲ ਹੈ ਵੇ ਠੀਕ ਹੋ ਗਿਆ ਜੀ ਪਾਕਿਸਤਾਨ ਲੱਗੇ ਚੱਕਰ ਸੁਸਰਾਲ ਲੱਗੇ ਚੱਕਰ ਤੇ ਜ਼ਰੂਰ ਲਾਇਆ ਜੇ ਠੀਕ ਹੈ ਜੀ ਪਾਕਿਸਤਾਨ ਤੁਹਾਡਾ ਸੁਸਰਾਲ ਹੋਇਆ ਨਾ ਜੀ ਫਿਰ